ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ 6ਵੇਂ ਪੇ ਕਮਿਸ਼ਨ ਤੋਂ ਪੰਜਾਬ ਦਾ ਕੋਈ ਵੀ ਮੁਲਾਜ਼ਮ ਵਰਗ ਖੁਸ਼ ਨਹੀਂ ਹੈ। ਸਾਰੇ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਵਿੱਢ ਦਿੱਤੇ ਗਏ ਹਨ, ਕਿਉਂਕਿ ਇਸ ਪੇ ਕਮਿਸ਼ਨ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਣ ਦੀ ਬਜਾਏ ਘੱਟ ਗਈਆਂ ਹਨ। ਇਸੇ ਲੜੀ ਤਹਿਤ PSPCL ਦੇ ਜੂਨੀਅਰ ਇੰਜੀਨੀਅਰਾਂ ਵੱਲੋਂ SC ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ। ਰੋਸ ਧਰਨੇ ਦੀ ਜਾਣਕਾਰੀ ਦਿੰਦੇ ਹੋਏ JEE ਕੌਂਸਲ ਸਰਕਲ ਬਰਨਾਲਾ ਦੇ ਪ੍ਰਧਾਨ ਅਤੇ ਸੈਕਟਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ 6ਵੇਂ ਪੇ ਕਮਿਸ਼ਨ ਅਨੁਸਾਰ ਬਿਜਲੀ ਵਿਭਾਗ ਵਿੱਚ ਕੰਮ ਕਰਦੇ JEEs ਦੀਆਂ ਤਨਖਾਹਾਂ ਵਧਣ ਦੀ ਬਜਾਏ ਘੱਟ ਗਈਆਂ ਹਨ। ਇਸ ਤੋਂ ਪਹਿਲਾਂ ਲੋਕ ਪੇ ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ, ਪਰੰਤੂ ਅੱਜ ਇਸ ਕਮਿਸ਼ਨ ਨੂੰ ਲਾਗੂ ਨਾ ਕਰਵਾਉਣ ਲਈ ਸੰਘਰਸ਼ ਕਰਨੇ ਪੈ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹ ਧਰਨਾ ਪ੍ਰਦਰਸ਼ਨ 6 ਜੁਲਾਈ ਤੱਕ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਮੈਂ JEE ਹਰਪ੍ਰੀਤ ਸਿੰਘ ਗਰੇਵਾਲ, ਸਰਕਲ ਕਮੇਟੀ ਬਰਨਾਲਾ ਦਾ ਸੈਕਟਰੀ ਹਾਂ ਜੀ, ਅਤੇ ਅਸੀਂ ਸਰਕਲ ਦਫ਼ਤਰ ਦੇ ਅੱਗੇ ਰੋਸ ਰੈਲੀ ਕਰਨ ਆਏ ਹਾਂ। ਸਾਡੀ ਜਿਹੜੀ ਸਟੇਟ ਕਮੇਟੀ ਆ ਉਹਦੇ ਵੱਲੋਂ ਕਾਲ ਦਿੱਤੀ ਗਈ ਸੀਗੀ ਅੱਜ ਸਾਡੇ ਸਰਕਲ ਦੇ ਅੱਗੇ ਰੈਲੀ ਕਰਨ ਦੀ, ਰੋਸ ਰੈਲੀ ਕਰਨ ਲਈ। ਸਾਡੀਆਂ ਜਿਹੜੀਆਂ JEE ਦੀਆਂ ਡਿਫੀਕਲਟੀ ਨੇ ਪਾਵਰਕੌਮ ਦੇ ਵਿੱਚ, ਉਹਨਾਂ ਨੂੰ ਦੂਰ ਕਰਨ ਲਈ ਅਸੀਂ ਇਹ ਰੋਸ ਰੈਲੀ ਕਰ ਰਹੇ ਹਾਂ, ਅਤੇ ਅੱਗੇ ਅਸੀਂ 12 ਦਿਨਾਂ ਦਾ ਹੜਤਾਲ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਹੜਤਾਲ ਕਰ ਰਹੇ ਹਾਂ ਵੀ ਜਿਹੜੀ ਕਿ ਆਪਣਾ ਸਟੋਰਾਂ ਤੋਂ ਜਿਹੜੇ ਜਿਵੇਂ ਕਿ ਜ਼ਰੂਰੀ ਸਮਾਨ ਕਢਾਉਣਾ ਉਹ ਅਸੀਂ ਬੰਦ ਕਰ ਰਹੇ ਹਾਂ, ਐਮੀ ਲੈਬਾਂ ਦਾ ਬਾਈਕਾਟ ਕਰ ਰਹੇ ਹਾਂ। ਸਿਰਫ ਅਸੀਂ ਜਿਹੜੀ ਸਪਲਾਈ ਬਹਾਲ ਰੱਖਣੀਆਂ ਚਾਹੀਆਂ ਨੇ, ਜਿਵੇਂ ਕਿ ਜਿਹੜੇ JEE ਨੇ ਅਸੀਂ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਾਂ, ਜਿਵੇਂ ਕਿ ਕਰੋਨਾ ਕਾਲ ਲੰਘਿਆ ਜਾਂ ਹੁਣ ਲੰਘਿਆ, ਜਿਹੜੀ ਸਾਡੀ ਕੌਂਸਲ ਆ ਉਹਦਾ ਵੀ ਇੱਕ ਇਤਿਹਾਸ ਰਿਹਾ ਵੀ ਅਸੀਂ ਅੱਜ ਤੱਕ ਕਦੇ ਸਪਲਾਈ ਨਹੀਂ ਬੰਦ ਹੋਣ ਦਿੱਤੀ। ਅਸੀਂ ਸਪਲਾਈ ਨੂੰ ਹਮੇਸ਼ਾ ਕੰਟੀਨਿਊ ਕਰਨ ਦੇ ਯਤਨ ਕਰਿਆ, ਚਾਹੇ ਉਹ ਦਿਨ ਹੋਵੇ ਚਾਹੇ ਰਾਤ ਹੋਵੇ। ਅਸੀਂ 18-18, 20-20, 24-24 ਘੰਟੇ ਵੀ ਲਗਾਤਾਰ ਕੰਮ ਕਰਦੇ ਰਹੇ ਹਾਂ, ਪਰ ਉਹ 24 ਘੰਟੇ ਕੰਮ ਕਰਨ ਤੋਂ ਬਾਅਦ ਵੀ ਸਾਨੂੰ ਆਪਣੇ ਹੱਕ ਨਹੀਂ ਮਿਲ ਰਹੇ, ਜਿਸ ਕਾਰਨ ਸਾਨੂੰ ਮਜਬੂਰਨ ਇੱਥੇ ਰੋਸ ਰੈਲੀਆਂ ਕਰਨੀਆਂ ਪੈ ਰਹੀਆਂ ਨੇ, ਆਪਣੇ ਕੰਮ ਛੱਡ ਕੇ, ਜਿਹੜੇ ਕਿ ਜਿਸ ਨਾਲ ਕਿ ਲੋਕਾਂ ਨੂੰ ਵੀ ਪਰੇਸ਼ਾਨੀਆਂ ਆ ਰਹੀਆਂ ਨੇ, ਸਾਨੂੰ ਵੀ ਪਰੇਸ਼ਾਨੀਆਂ ਆ ਰਹੀਆਂ ਨੇ। ਉਹ ਚੀਜ਼ਾਂ ਨੂੰ ਹਟਾਉਂਦੇ ਹੋਏ ਅਸੀਂ ਰੋਸ ਰੈਲੀਆਂ ਕਰ ਰਹੇ ਹਾਂ ਜੀ। ਸਾਡੀਆਂ ਮੰਗਾਂ ਕੀ ਨੇ ਮੇਨਲੀ? ਸਾਡਾ ਜਿਹੜੀ ਪਾਵਰ ਕੌਮ ਦਾ ਅਤੇ ਸਰਕਾਰ ਆਪਣੀ ਪੰਜਾਬ ਸਰਕਾਰ ਆ, ਉਹਨਾਂ ਦੇ ਤਨਖਾਹ ਸਕੇਲਾਂ ਦਾ ਫਰਕ ਆ ਜੀ। ਜਦੋਂ ਕਿ ਅਸੀਂ ਉਹਨਾਂ ਨਾਲੋਂ ਕੰਮ ਵੱਧ ਕਰ ਰਹੇ ਹਾਂ, ਉਹ 8 ਘੰਟੇ ਕੰਮ ਕਰ ਰਹੇ ਨੇ, ਅਸੀਂ 24 ਘੰਟੇ ਰਾਊਂਡ ਦੀ ਕਲੋਕ ਕੰਮ ਕਰ ਰਹੇ ਹਾਂ ਜੀ, ਫਿਰ ਵੀ ਸਾਨੂੰ ਤਨਖਾਹ ਦੇ ਘੱਟ ਹੋ ਰਹੇ ਨੇ। ਜਿਹੜਾ ਪੇ ਕਮਿਸ਼ਨ ਲਾਗੂ ਕਰਿਆ ਸਰਕਾਰ ਨੇ, ਉਹ ਇੱਕ ਸਾਰੇ ਮੁਲਾਜ਼ਮਾਂ ਨੂੰ ਬੜੀ ਬੇਸਬਰੀ ਨਾਲ ਵੇਟ ਸੀਗੀ ਜੀ, ਬੇਸਬਰੀ ਨਾਲ ਉਡੀਕ ਰਹੇ ਸੀ ਵੀ ਕਦੋਂ ਪੇ ਕਮਿਸ਼ਨ ਲਾਗੂ ਕਰਨਗੇ। ਜਦੋਂ ਦਾ ਇਹਨਾਂ ਨੇ ਲਾਗੂ ਕਰਿਆ, ਹੁਣ ਸਾਨੂੰ ਟੈਨਸ਼ਨ ਹੋਈ ਵੀ ਆ ਵੀ ਇਹਨੂੰ ਰੁਕਵਾਈਏ ਕਿਵੇਂ ਸੀ, ਉਹਨਾਂ ਤਨਖਾਹਾਂ ਵਧਣੀਆਂ ਦਾ ਕੀ ਨੇ? ਸਾਡੇ ਸਗੋਂ ਜਿਹੜੇ ਭੱਤੇ ਨੇ ਉਹ ਵੀ ਕੱਟ ਲਏ ਗਏ ਨੇ, ਸਾਡਾ ਲੋਹੜਾ ਖਤਮ ਕਰ ਦਿੱਤਾ ਗਿਆ, ਜਿਹੜੇ ਸਾਡੇ ਮਕਾਨ ਭੱਤੇ ਨੇ ਉਹ ਘਟਾ ਦਿੱਤੇ ਗਏ ਨੇ, ਉਹਦੇ ਨਾਲ ਸਗੋਂ ਸੈਲਰੀ ਵਧਣੀ ਨਹੀਂ ਘਟਣੀ ਆ। ਅਤੇ ਹੋਰ ਜਿਹੜਾ ਪ੍ਰੈਸ਼ਰ ਦਿਨੋਂ ਦਿਨ ਵਰਕ ਲੋਡ ਆ ਵੱਧ ਰਿਹਾ, ਸਾਡੇ ਇੱਥੇ ਮੈਨ ਪਾਵਰ ਇੰਨੀ ਕੁ ਜ਼ਿਆਦਾ ਘੱਟ ਆ ਵੀ ਇੱਕ JEE ਕੋਲ ਇੱਕ ਇੱਕ ਦੋ ਦੋ ਲਾਈਨਮੈਨ ਨੇ, ਅਤੇ 20-20, 22-22 ਫੀਡਰ ਵੀ ਨੇ, 22-22, 25-25 ਪਿੰਡ ਨੇ ਜਿਨ੍ਹਾਂ ਦੀਆਂ ਦਿਨ ਰਾਤ ਕੰਪਲੇਂਟਾਂ ਅਟੈਂਡ ਕਰਨੀਆਂ ਹੁੰਦੀਆਂ ਨੇ। ਸਗੋਂ ਉਹਨਾਂ ਨੂੰ ਕਰਦੇ ਹੋਏ, ਕਿਉਂਕਿ ਜਦੋਂ ਹਰ ਬੰਦੇ 'ਤੇ ਇੱਕ ਮਾਨਸਿਕ ਬੋਝ ਰਹਿੰਦਾ ਲਾਈਨਮੈਨਾਂ ਜਾਂ ਸਹਾਇਕ ਲਾਈਨਮੈਨਾਂ ਨਾਲ, ਜਦੋਂ ਮੈਂਟਲ ਪ੍ਰੈਸ਼ਰ ਰਹਿਣਾ, ਐਕਸੀਡੈਂਟ ਵੀ ਹੁੰਦੇ ਨੇ, ਅਤੇ ਉਹ ਐਕਸੀਡੈਂਟਾਂ ਦੇ ਜ਼ਿੰਮੇਵਾਰ ਵੀ JEE ਨੂੰ ਠਹਿਰਾ ਦਿੱਤਾ ਜਾਂਦਾ। ਇਹਦੇ ਵਿੱਚ JEE ਦਾ ਕੀ ਕਸੂਰ ਆ? ਇੱਕ 24 ਘੰਟੇ ਕੰਮ ਕਰਦੇ ਹੋਏ ਬੰਦੇ ਨੇ ਉਹ ਆਪਣੀ ਡਿਊਟੀ ਕਰ ਰਿਹਾ ਹੁੰਦਾ ਸੀ, ਉਹਦੇ ਇੰਨਾ ਕੁ ਮੈਂਟਲ ਪ੍ਰੈਸ਼ਰ ਪਾਇਆ ਹੋਇਆ ਮੈਨੇਜਮੈਂਟ ਨੇ, ਅਤੇ ਉਹਦੇ ਸਾਨੂੰ ਅੱਗੇ ਅਦਾ ਵੀ ਨਹੀਂ ਕਰ ਰਹੇ, ਤਨਖਾਹ ਹਮ ਵੀ ਨਹੀਂ ਦੇ ਰਹੇ ਪੂਰੀਆਂ। ਉਹਦੇ ਲਈ ਅਸੀਂ ਅੱਜ ਰੋਸ ਰੈਲੀਆਂ ਕਰ ਰਹੇ ਹਾਂ ਜੀ। ਸਾਡਾ ਜਿਹੜਾ ਇਹ ਐਜੀਟੇਸ਼ਨ ਆ ਇਹ ਅਗਲੇ 12 ਦਿਨਾਂ ਤੱਕ ਜਾਰੀ ਰਹੇਗਾ ਜੀ। ਐਜੀਟੇਸ਼ਨ ਦਾ ਤੁਹਾਨੂੰ ਪ੍ਰੋਗਰਾਮ ਅਸੀਂ ਦੱਸ ਹੀ ਦਿੱਤਾ, ਅਸੀਂ ਸਟੋਰਾਂ ਦਾ ਬਾਈਕਾਟ ਕਰਨਾ, ਐਮੀ ਲੈਬਾਂ ਦਾ ਬਾਈਕਾਟ ਕਰਨਾ। ਸ਼ਾਮ ਨੂੰ ਅਸੀਂ 5 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਅਸੀਂ ਫੋਨ ਨੇ ਜਿਹੜੇ ਆਪਣੇ ਆਫੀਸ਼ੀਅਲ ਨੰਬਰ ਨੇ ਉਹ ਸਵਿੱਚ ਆਫ ਰੱਖ, ਜੋ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਸਾਨੂੰ ਮਜਬੂਰਨ ਸੜਕਾਂ 'ਤੇ ਆਉਣਾ ਪਿਆ ਅਤੇ ਸਾਨੂੰ ਐਜੀਟੇਸ਼ਨ ਦਾ ਰਾਹ ਅਪਣਾਉਣਾ ਪੈ ਰਿਹਾ ਜੀ। ਅਗਲਾ ਐਕਸ਼ਨ ਅਸੀਂ ਇਦੋਂ ਵੀ ਤਿੱਖਾ ਕਰਾਂਗੇ ਜੀ, ਜਿਹੜਾ ਇਦੋਂ ਜਿਵੇਂ ਕਿ ਹੁੰਦਾ ਵੀ ਵਰਕ ਟੂ ਵੀ ਹੋ ਸਕਦਾ ਅਤੇ ਹੋਰ ਵੀ ਹੋ ਸਕਦੇ ਆ, ਕਿਉਂਕਿ ਹੁਣ ਅਸੀਂ ਇੱਕ ਸਪਲਾਈ ਨੂੰ ਬਹਾਲ ਕਰਨ ਲਈ ਅੱਜ ਵੀ ਯਤਨ ਕਰ ਰਹੇ ਹਾਂ। ਉਹ ਸਾਡੀ ਸਟੇਟ ਕਮੇਟੀ ਜਿਵੇਂ ਕਿ ਸਾਡਾ ਇਤਿਹਾਸ ਆ ਵੀ ਅਸੀਂ ਸਪਲਾਈ ਕੰਟੀਨਿਊਟੀ ਰੱਖਣੀ ਆ, ਉਹਨੂੰ ਅੱਜ ਵੀ ਅਸੀਂ ਮੇਨਟੇਨ ਕਰ ਰਹੇ ਹਾਂ, ਪਰ ਉਹਨੂੰ ਮੇਨਟੇਨ ਕਰਦੇ ਹੋਏ ਵੀ ਸਾਨੂੰ ਆ ਸ਼ਲਾਘਾ ਦੇ ਰਹੇ ਨੇ ਜਾਂ ਇਨਾਮ ਦੇ ਰਹੇ ਨੇ ਜੀ, ਅਤੇ ਮਜਬੂਰਨ ਸਾਨੂੰ ਇੱਥੇ ਬੈਠਣਾ ਪੈ ਰਿਹਾ। ਬਰਨਾਲਾ ਤੋਂ ਪੰਜਾਬ 9 ਲਈ ਮਨੋਜ ਕੁਮਾਰ ਦੀ ਰਿਪੋਰਟ।